الحمد لله. الله يبارك وبلغ حمد رسوله. يا رحمن يا رحيم ويا مقلب القلوب يا امام رضا عليه السلام صدقہ صحت کلی عطا فرما. محمد والے محمد صدقہ حسین دا واسطے ان پتر دی زندگی تھوڑی آئی تو سا گل میرے سمجھیے جن پتر دی زندگی تھوڑی آئی ماں نہ رج کے چایا نہ رج کے کھڑایا حسین دا واسطے جڑی رو کے دی میرا تو سیدہ نہ رشتے مک گیا کربلا پتر کھا گیا دی شام کھا گئی. میرے مال خالق بے اولاد اولاد دے بے رزق رزق دے سیداد دے ویڑے وسا آل محمد صدقہ سیدہ دا سایہ ساڈے سر تے قائم تے دائم رکھ صحیح پڑھن دی توفیق عطا فرما. بانی دا خرچ اخراجات نظر و نیاز پاک بی بی اپنے دربار دے منظور فرما. میاں نظر حسین جنت فردوس عطا فرما. آل محمد صدقہ ساڈیاں دعائیں منظور فرما. اللہم صلی اللہ محمد روال من صلوات سارے پڑھو. جی تکلیف نہ سمجھو میں تھوڑے جے اگے نہیں آ جانے ایویں تھوڑے اگاں آ جاؤ ایویں تھوڑے مہربانی آ جاؤ زندگی آؤ جی بس صلوات سارے بڑا دواد رکھو. نعرہ تکبیر نہیں جی میرے مالک دنا بلند بلند وادن کوشش فرماؤ. نعرہ تکبیر نعرہ رسالت نعرہ رسالت نعرہ حیدری بل نعرہ حیدری حسینیت حسینیت. 12 تے 14 دشمن تے لعنت پاک بی بی دی آمد تے سارے سلوات. اللہم صلی اللہ محمد و آل محمد. جڑے سائیاں نوں ساڈی انتظار ہے قائم آل محمد بادشاہ دی ذات تے سارے صلوات پڑھ. مہربانی کرو موبائل ذرا پڑے بند کرو بادشاہ دا ذکر ہے. میں شروع کرن لگا اجازت ہے اعوذ باللہ اے میرے شیطان الرجیم بسم اللہ الرحمن الرحیم. سونی صلوات الحمدللہ رب العالمین الصلاة والسلام على شفیع المذنبین الذی قیل فی شانہ وما ارسلناک الا رحمة للعالمین. سونی صلوات سارے صلوات پڑھو. المطلب کبا نبوت واد بین الماء وتین الا وسیع و وزیر ہی. سونی صلوات مدار سے علم ہی علم الاولین والآخرین. پڑھو صلوات مقدور میں کب ہے تیری وصف کے رقم پریشان نہ کرے مولا تو زندگی کرے
ਵਸਦਰਾ ਸਾਰੇ ਬੋਲੋ ਜਰੀ ਅੱਕਾ ਕੇ ਖੁਦਾ ਮਦ ਤੂੰ ਹੈ ਲੋ ਕਲਮ ਮੈਂ ਕਸੀਦਾ ਪੇਪਰ ਦਾ ਅੱਕਾ ਕੇ ਖੁਦਾ ਮਦ ਤੂੰ ਹੈ ਲੋ ਕਲਮ ਇਵੇਂ ਗੱਲ ਨਾ ਕੌਸਰ ਹੈ ਨਬੀ سید آمد تے سارے سروات آؤ جی بسم کوثر ہے نبی کا حسین ابن او نارا مار علی ذرا نوشتہ بردر جنات ਕਿਹੜੀ ਗੱਲ ਸ਼ਫੀਏ ਰੋਜ਼ ਕਿਆ ਮਹਾਤਮਾ ਹਮਾਂ ਦਾ ਸੋਆਲੇ ਮੌਲਾ ਤੁਹਾਨੂੰ ਸਲਾਮਤ ਰੱਖੇ ਸਾਈਆਂ ਦਾ ਫਰਮਾਨ ਆਪੇ ਮਾਈਸਾ ਨੂੰ ਜ਼ੀਨਤ ਦਿਓ ਮੇਰੇ ਬੇਰਾ ਅਲੀ ਦਾ ਜ਼ਿਕਰ ਜੀ ਬਿਸਮਿਲਲਾ ਲੱਖ ਵਾਰੀ ਬਸ ਮੈਨੂੰ ਵਰਦੀ ਪਾ ਮੈਂ ਜੱਗ ਲੜਨੀ ਏ ਮੇਰੀ ਗੱਲ ਸੁਣੀ ਨਾ ਕੌਣ ਪਿਆ ਦੇ ਆਖਰੀ ਫੌਜੀ ਰਹਿ ਗਿਆ ਉਦੋਂ ਕਮੀ ਨੇ ਬੋਲ ਕੇ ਆ ਦਿਨ ਹੁਸੈਨ ਕੁਹੈ ਤੇ ਭੇਜ ਮਜ਼ਲੂਮ ਦੇ ਛਿਆਂ ਮਹੀਨਿਆਂ ਦੇ ਪੁੱਤਰ ਨੇ ਪੀਂਘਾ ਛੱਡਿਆ ਮਾਂ ਦੇ ਨਾਲ ਗੱਲ ਕੀਤੀ ਸੀ ਮਾਂ ਬੋਲ ਕੇ ਆਦੀ ਨਾ ਲੜ ਸਕਦੇ ਨਾ ਬੋਲ ਸਕਦਾ ਹੈ ਕਲਸੇ ਕੀ ਹੱਕਲ ਮਾਰ ਕੇ ਆਂਦਾ ਮਾਂ ਮੈਨੂੰ ਵਰਦੀ ਪਾ ਮੈਂ ਜੰਗ ਲੜਨੀ ਅਤੇ 9 ਲੱਖ ਫੌਜ ਦੇ ਨਾਲ ਤੇ ਸਰ ਕੰਮ ਤੀ ਵੈਸਨ ਬਾਤਲ ਦੇ ਮੰਡੇ ਪਹਿਲੇ ਤੀਰ ਮਾਤਮ ਜੀ ਬਿਸਮਿਲਲਾ ਜੀ ਬਿਸਮਿਲਲਾ ਬਿਸਮਿਲਲਾ ਓ ਮੈਨੂੰ ਵਰਦੀ ਪਾ ਮੈਂ ਜੱਗ ਲੜਨੀ ਏ ਅਤੇ 9 ਲੱਖ ਫੌਜ ਦੇ ਨਾਲ ਸਰ ਕੰਮ ਤੀ ਵੈ ਸਰ ਬਾਤਲ ਦੇ ਮੈਨੇ ਪਹਿਲੇ ਤੀਰ ਦੇ ਮੈਂ ਲਉ ਕਰਾਂ ਬਿਸਮਿਲਲਾ ਤੇ ਬਨ ਵੈਸੀ ਸੁਗਰਾ ਅਕਬਰ ਨੂੰ ਓ
ਦਾ ਵੇਖ ਸੀ ਮੈਣਾ ਹਾਲੇ ਬੜੇ ਫਿਦੀਏ ਦੀ ਤਾਰੀਫ ਕਰੇ ਸੀ ਖੁਦ ਪਾਕ ਬਤੂਲ ਦਾ ਮੈਨੂੰ ਵਰਦੀ ਪਾ ਮੈਂ ਜੰਗ ਲੜਦੀ ਬਿਸਮਿਲਾ ਕਰਾ ਬਿਸਮਿਲਾ ਕਰ ਅਤੇ 9 ਲੱਖ ਫੌਜ ਦੇ ਨਾਲ ਸਰ ਕੰਮ ਤੀ ਵੇ ਸੜੀ ਬਾਤਲ ਦੇ ਮੇਰੇ ਪਹਿਲੇ ਤੀਰ ਦੇ ਸਦਕੇ ਜਾਵਾਂ ਤੁਹਾਡੀ ਜਵਾਨੀ ਨਸੀਬ ਬਿਸਮਿਲਾ ਕਰਾਂ ਤਾਂ ਬੋਲੂ ਵੈਸੀ ਸੁਗਰਾ ਅਕਬਰ ਜਦਾ ਵੇਖ ਸੀ ਮੈਣਾ ਹਾਲੇ ਬੜੇ ਫਿਦੀਏ ਦੀ ਤਾਰੀਫ ਕਰੇ ਸੀ ਖੁਦ ਪਾਕ ਬਤੂਲ ਬਤੂਲ ਦਾ ਲਾਲ ਆਖਰੀ ਬੰਦ ਪੜਨ ਲੱਗਾ ਪੀਂਗਾ ਛੱਡਿਆ ਸੀ ਬਾਦਸ਼ਾਹ ਗਰੀਬੀ ਦਾ ਹੋਕਾ ਦਿੱਤਾ ਅੰਮਾ ਪਤਾ ਕਰ ਮੇਰਾ ਸਰਦਾਰ ਗਰੀਬ ਪਿਆ ਸੜੇ ਨੇ ਹੌਸਲਾ ਮੇਰੀ ਗੱਲ ਸੁਣ ਬੰਦ ਇੱਕ ਪੜੂੰ 3 ਮਿੰਟ ਹੋਰ ਪੜ੍ਹਨਾ ਮੈਂ ਮੇਰੇ ਸਰਦਾਰ ਨੂੰ ਆਖ ਗਰੀਬ ਨਾ ਸਡਾ ਪੁੱਤਰ ਪੀਂਘੇ 'ਚ ਆਰਾਮ ਨਹੀਂ ਕਰਦਾ ਸਦਕੇ ਜਾ ਇੱਕ ਵਾਰੀ ਖੈਮੇ ਆ ਇਸ ਕਬੂਸ ਬਾਦਸ਼ਾਹ ਦੀਦੀ ਹੁਸੈਨ ਨੇ ਮੂੰਹ ਬੋਲੀ ਸਦੀ ਮਾਂ ਤੂੰ ਮੇਰੀ ਗੱਲ ਸੁਣੀ ਜਦਾਂ ਸਾਹਮਣੇ ਆਈਏ ਨਾ ਤੇ ਸਾਈਏ ਸਹੀਦਾਂ ਦੇ ਦੁੱਖਾਂ ਦੀ ਕਹਾਣੀ ਫਿਜ਼ਾ ਜ਼ੈਨਬ ਦਾ ਪਰਦਾ ਫਿਜ਼ਾ ਐਵੇਂ ਆਖਾਂ ਅੱਬਾਸ ਦੇ ਬਾਦ ਆਸਰਾ ਫਿਜ਼ਾ ਬਤੂਲ ਦੀਆਂ ਨੂੰਹਾਂ ਤੇ ਧੀਆਂ ਦਾ ਅੱਬਾਸ ਦੇ ਬਾਦ ਮੈਂ ਗੱਲ ਬੜੀ ਵੱਡੀ ਕੀਤੀ ਹੈ ਪੀਰਕੋਟ ਬਈ ਕਾਲੇ ਉਹ ਗੱਲ ਸੁਣਿਆ ਹੈ ਮੇਰੇ ਇਲਾਕੇ ਵਾਲੇ ਉਹ ਅੱਬਾਸ ਦੇ ਬਾਦ ਮੈਨੂੰ ਅੱਲਾ ਤੇ ਬੜੀ ਵੱਡੀ ਗੱਲ ਕੀਤੀ ਮਲਕ ਸਾਹਿਬ ਜਦੋਂ ਮਾਂ ਦੀ ਕਬਰ ਤੇ ਆਈਏ ਨਾ ਤੇ ਸਲਾਮ ਕੀਤਾ ਨਾ ਤੇ ਹੌਲੀ ਜੀ ਆਵਾਜ਼ ਹੈ ਬੱਚੜਾ ਕਿਹਨੂੰ ਪੈਂਦੀਆਂ ਪਈਆਂ ਅੱਬਾਸ ਨਾਲ ਇਹ ਆਵਾਜ਼ ਹੈ ਸਿਰਫ ਅੱਬਾਸ ਨਹੀਂ ਸਾਡੇ ਨਾਲ ਫਿਜ਼ਾ ਵੀ ਪੈਂਦੀ ਪਈ ਉਹ ਮੈਂ ਸਦਕੇ ਜਾ ਉਹ ਮੈਂ ਸਦਕੇ ਜਾ ਅੰਮਾ ਵਾਜ ਮੇਰੇ ਸਰਦਾਰ ਨੂੰ ਆਖ ਇੱਕ ਵਾਰੀ ਖੈਮੇ ਆ ਕਿਉਂ ਆਏ ਭਾਗ ਬੀਬੀ ਸਾਹਮਣੇ ਆਈਏ ਨਾ ਤੇ ਬਾਦਸ਼ਾਹ ਨੇ ਕਬਜ਼ੇ ਤਲਵਾਰ ਤੋਂ ਸਰ ਚਾਏ ਸੈਦ ਆਵਾਜ਼ ਅੰਮਾ ਮੇਰੇ ਜੀਂਦੇ ਬਾਹਰ ਕਿਉਂ ਆਈ ਮੇਰੇ ਜੀਂਦਿਆਂ ਬਾਹਰ ਕਿਉਂ ਆਈਏ ਮੈਂ ਹੁਕਮ ਦਿੱਤਾ ਜਿੱਦਾਂ ਤੱਕ ਮੇਰੀ ਜ਼ਿੰਦਗੀ ਏ ਬਾਹਰ ਕੋਈ ਨਾ ਆਵੇ ਰੋ ਕੇ ਨਹੀਂ ਮੈਂ ਆਪ ਨਹੀਂ ਆਈ ਅਸਗਰ ਦੀ ਮਾਂ ਰੁਬਾਬ ਗਲਿਆ ਪੁੱਤਰ ਪੀਂਘੇ 'ਚ ਆਰਾਮ ਨਹੀਂ ਕਰਦਾ ਉਹਨੂੰ ਤਰੇ ਡਾਢੀ ਲੱਗੀ ਹੋਈ ਆ ਮੈਨੂੰ ਅੱਲਾ ਦੀ ਕਸਮੇ ਸਰਦਾਰ ਖੈਮੇ ਚਾਹਨ ਇਵੇਂ ਪੁੱਤਰ ਨੂੰ ਚਾਇਆ ਨਾ ਪੁੱਤਰ ਨੂੰ ਚਾ ਕੇ ਨਾ ਜਦਾਂ ਟੁਰਨ ਲੱਗੇ ਨਾ ਪਾਣੀ ਦੇ ਪਾਸੇ ਦੀਵਾਨਾ ਸਾਹਿਬ ਆਵਾਜ਼ ਇੰਜ ਨਾ ਟੁਰ ਮੈਨੂੰ ਤਿਆਰ ਤਾਂ ਕਰਨ ਦੇ ਪੁੱਤਰ ਨੂੰ ਛੋਟਾ ਜਿਹਾ ਮਾਮਾ ਛੋਟੀ ਜਿਹੀ ਢਾਲ ਤਲਵਾਰ ਬਣ ਕੇ ਪੂਰਾ ਫੌਜੀ ਬਣਾ ਕੇ ਹੱਥਾਂ 'ਤੇ ਦਿੱਤਾ ਸ ਆਦਿ ਮੈਨੂੰ ਇੱਕ ਗੱਲ ਕਰਨ ਦੇ ਸੇ ਸਰਦਾਰ ਤੇਰਾ ਪੁੱਤਰੇ ਤੈ ਲੈ ਵੰਜਣਾ ਖੈਮੇ ਪਰ ਇੱਕ ਮੇਰੀ ਗੱਲ ਏ ਨਾ ਲੜ ਸਕਦਾ ਕਿਆ ਕਰ ਸੇ ਮਚੜਾ ਹਾਰ ਟੋਰ ਕੇ ਗਿਆ ਏ ਘੋੜਿਆਂ ਤੇ ਗਏ ਤੈਨੂੰ ਪਿਉ ਚਾਕ ਲਈ ਵਹਿੰਦ ਤੂੰ ਕਿਆ ਕਰ ਸੇ ਰੋ ਕੇ ਦੇ ਅੰਮਾ ਮੇਰੀ ਮਜਬੂਰੀ ਹੈ ਮੈਂ ਤੀਰ ਜਾ ਨਹੀਂ ਜਾ ਸਕਦਾ ਉਹ ਮੈਂ ਨਾ ਜਾ ਸਕਦਾ ਤਲਵਾਰਾ ਮੈਨੇ ਪਹਿਲੇ ਕਤਲ ਤੇ ਟੁਰਿਆ ਸਣ ਕੋ ਲਿਆ ਛਬੀ ਛੋੜ ਸਦਕੇ ਸਦਕੇ ਜਾਵਾ ਮਾਤਮ ਮਾਤਮ ਉਹ ਮੈਨੇ ਪਹਿਲੇ ਕਤਲ ਤੇ ਟੁਰਿਆ ਸਣ ਕੋ ਲਿਆ ਛਬੀ ਛੋੜ ਸਦਕੇ ਸਦਕੇ ਜੀ ਸੈਯਦ ਜੀ ਹੋਇਓ ਸੈਯਦ ਜੀ ਹੋਇਓ ਬਰਾਮਦ ਕਰਨੀ ਏ ਉਹ ਜਦਾਂ ਕਬਰ ਵਿੱਚੋਂ ਬਦਕਾਰਾ ਤੇ ਯਾਤਰੀ ਜੀਵਾਰ ਸ਼ਹੀਦ ਤਿਵਾ ਤਾਂ ਬਖਸ਼ੇ ਬਦਰੀ ਜੀ ਬਿਸ
ਬਿਸਮਿਲਲਾ ਕਰਾ ਜੀ ਬਿਸਮਿਲਲਾ ਜਤਰੀ ਜੀ ਵਾਰ ਸ਼ਹੀਦ ਤਿਵੋ ਤਾਂ ਬਖਸ਼ੇ ਬਤਰੀ